ਘਰ ਘਰ ਦੀਆਂ ਠੋਕਰਾਂ ਖਾ ਰਹੀਆਂ ਮਾਵਾਂ ਧੀਆਂ। ਮੇਰੇ ਪਤੀ ਪਿੱਛੇ ਗਲਤ ਬੰਦੇ ਲੱਗਣ ਕਰਕੇ ਬੇਟਾ ਮੇਰਾ ਰੋਕਤਾ ਸੀ, ਉਸ ਕਰਕੇ ਮੇਰੇ ਬੇਟੇ ਨੇ ਪਤਾ ਨਹੀਂ ਸੁਸਾਈਡ ਕਰੀ, ਪਤਾ ਨਹੀਂ ਕਿਸੇ ਨੇ ਕੁਛ ਕਰਿਆ। ਭਤੀਜੀਆਂ ਦਾ ਹਿੱਸਾ ਖਾ ਕੇ ਫੁੱਫੜ ਹੋਇਆ ਫਰਾਰ। ਰਜਿਸਟਰੀ ਨਹੀਂ ਕਰਾਈ, ਸਾਡੇ ਨੂੰ ਪੈਸੇ ਉਹਨੇ ਵਸੂਲ ਪਾ ਲਏ। ਅੱਧੇ ਮੁੱਲ 'ਚ ਵੇਚਤੀ 12 ਕਰੋੜ ਦੀ ਜ਼ਮੀਨ। ਤਾਰਾ ਸਿੰਘ ਜਿਹਨੇ ਪਾਵਰ ਅਟਾਰਨੀ ਮੇਰੇ ਪਤੀ ਤੋਂ ਜਾਲੀ ਬਣਵਾਈ ਹੋਈ ਆ। ਜਿਸ ਜ਼ਮੀਨ ਤੇ ਮਾਵਾਂ ਧੀਆਂ ਖੜੀਆਂ ਨੇ, ਇਸ ਜ਼ਮੀਨ ਨੂੰ ਇਹਨਾਂ ਧੀਆਂ ਦਾ ਹੀ ਫੁੱਫੜ ਬਣੇ ਸ਼ਖਸ ਨੇ ਅੱਧੇ ਮੁੱਲ 'ਚ ਵੇਚ ਕੇ ਵੱਡਾ ਧੋਖਾ ਕੀਤਾ ਹੈ। ਆਪਣੀ ਜ਼ਮੀਨ ਤੇ ਖੜੀਆਂ ਮਾਵਾਂ ਧੀਆਂ, ਜਿਨ੍ਹਾਂ ਦੇ ਪਿਓ ਤੇ ਭਰਾ ਦੀ ਮੌਤ ਹੋ ਚੁੱਕੀ ਹੈ, ਹੁਣ ਇਕੱਲੀਆਂ ਹੀ ਧੋਖੇਬਾਜ਼ਾਂ ਖਿਲਾਫ ਲੜ ਰਹੀਆਂ ਨੇ। 11 ਕਿੱਲੇ ਜ਼ਮੀਨ ਲਈ ਧੀਆਂ ਦੇ ਪਿਤਾ ਵੱਲੋਂ 1,68,75,000 ਰੁਪਏ ਦਿੱਤੇ ਗਏ ਸਨ। ਜਦੋਂ ਰਜਿਸਟਰੀ ਦੀ ਵਾਰੀ ਆਈ ਤਾਂ ਡੀਲਰ ਦਾ ਮੁੰਡਾ ਉੱਥੋਂ ਭੱਜ ਗਿਆ। ਦਰਅਸਲ ਜਿਸਨੇ ਜ਼ਮੀਨ ਖਰੀਦੀ, ਯਾਨੀ ਇਹਨਾਂ ਧੀਆਂ ਦਾ ਪਿਤਾ, ਤੇ ਜਿਸ ਕੋਲੋਂ ਖਰੀਦੀ, ਦੋਨਾਂ ਦੀ ਹੀ ਮੌਤ ਹੋ ਚੁੱਕੀ ਹੈ। ਹੁਣ ਡੀਲਰ ਦਾ ਬੇਟਾ ਇਹਨਾਂ ਮਾਵਾਂ ਧੀਆਂ ਨੂੰ ਤੰਗ ਕਰ ਰਿਹਾ ਹੈ, ਕਿਉਂਕਿ ਇਸ ਜ਼ਮੀਨ ਦੀ ਪਾਵਰ ਆਫ ਅਟਰਨੀ ਇੱਕ ਫੁੱਫੜ ਬਣੇ ਸ਼ਖਸ ਨੇ ਆਪਣੇ ਨਾਮ ਕਰਵਾਈ ਸੀ, ਜਿਸਨੇ ਇਹਨਾਂ ਧੀਆਂ ਦੇ ਪਿਤਾ ਦਾ ਭਰੋਸਾ ਜਿੱਤਿਆ ਤੇ ਉਹਨਾਂ ਦਾ ਹੀ ਰਿਸ਼ਤੇਦਾਰ ਬਣ ਗਿਆ, ਅਤੇ ਫਿਰ ਫੁੱਫੜ ਬਣ ਕੇ ਪਾਵਰ ਆਫ ਅਟਰਨੀ ਆਪਣੇ ਨਾਮ ਕਰਵਾ ਲਈ। ਇਸ ਦਾ ਫਾਇਦਾ ਚੁੱਕਦਿਆਂ ਇਸ ਮੂੰਹ ਬੋਲੇ ਫੁੱਫੜ ਨੇ 12 ਕਰੋੜ ਦੀ ਜ਼ਮੀਨ ਅੱਧੇ ਮੁੱਲ ਯਾਨੀ 6 ਕਰੋੜ 'ਚ ਹੀ ਕਿਸੇ ਹੋਰ ਨੂੰ ਵੇਚ ਦਿੱਤੀ। ਆਖਿਰ ਇਹ ਮਾਮਲਾ ਕੀ ਹੈ, ਇਸ ਬਜ਼ੁਰਗ ਮਾਂ ਤੇ ਧੀਆਂ ਦੇ ਮੂੰਹੋਂ ਆਪ ਹੀ ਸੁਣ ਲਓ। ਇਹ ਜੀ ਦੇਖੋ, ਪਹਿਲਾਂ ਤਾਂ ਮੇਰੀਆਂ 3 ਬੇਟੀਆਂ, ਇੱਕ ਮੇਰਾ ਬੇਟਾ ਸੀਗਾ, 3 ਬੇਟੀਆਂ ਬੜੀਆਂ ਆਪਦੇ ਘਰ ਨੇ। ਚੌਥਾ ਜਿਹੜਾ ਮੇਰਾ ਬੇਟਾ ਸੀ ਜੀ, ਉਹ ਇਹਨਾਂ ਦੇ ਕਾਰਨ ਨੇ, ਮਤਲਬ ਮੇਰਾ ਪੁੱਤ ਕਹਿੰਦਾ ਸੀ ਵੀ ਜ਼ਮੀਨ ਇੱਥੇ ਲੈਣੀ, ਉਹ ਮਤਲਬ ਗਲਤ ਬੰਦੇ ਮੇਰੇ ਘਰ ਮੇਰੇ ਪਤੀ ਦੇ ਪਿੱਛੇ ਲੱਗ ਲਏ, ਮੇਰੇ ਪਤੀ ਦੇ ਪਿੱਛੇ ਗਲਤ ਬੰਦੇ ਲੱਗਣ ਕਰਕੇ ਬੇਟਾ ਮੇਰਾ ਰੋਕਤਾ ਸੀ, ਉਸ ਕਰਕੇ ਮੇਰੇ ਬੇਟੇ ਨੇ ਪਤਾ ਨਹੀਂ ਸੁਸਾਈਡ ਕਰੀ, ਪਤਾ ਨਹੀਂ ਕਿਸੇ ਨੇ ਕੁਛ ਕਰਿਆ। ਬਸ ਉਹ ਮੈਂ ਕਹਿ ਨਹੀਂ ਸਕਦੀ ਕੁਛ। ਉਸ ਤੋਂ ਬਾਅਦ ਜੀ ਇਹਨਾਂ ਨੇ ਫਿਰ ਅਸੀਂ ਇਹਨਾਂ ਤੋਂ ਅਸੀਂ 50 ਕਿੱਲੇ ਜ਼ਮੀਨ ਦੇ ਲਏ ਸੀਗੇ, 50 ਕਿੱਲਿਆਂ ਦੇ, ਮਤਲਬ ਉਹਦੇ ਵਿੱਚੋਂ ਅਸੀਂ 49 ਕਿੱਲਿਆਂ ਦੀ ਅਸੀਂ ਰਜਿਸਟਰੀ ਕਰਾ ਲਈ ਸੀ। 11 ਕਿੱਲੇ ਸਾਡੀ ਬਾਕੀ ਬਚ ਰਹੇ ਸੀ, ਜਿਹੜੇ 11 ਕਿੱਲੇ ਬਾਕੀ ਸੀ ਉਹ ਜਿਹੜਾ ਉਹਦੇ ਬਾਪ ਦੀ ਜਿੰਦਲ ਦੀ ਡੈਥ ਹੋ ਗਈ, ਉਸ ਤੋਂ ਬਾਅਦ ਜਿਹੜਾ ਪ੍ਰਬਲ ਜਿੰਦਲ ਆ ਉਹਦਾ ਬੇਟਾ, ਉਹ 11 ਕਿੱਲਿਆਂ ਦੇ ਮਤਲਬ ਮਾਲਕ ਉਹ ਸੀਗਾ। ਉਹਨੇ ਸਾਨੂੰ 11 ਕਿੱਲਿਆਂ ਦੀ ਰਜਿਸਟਰੀ ਕਰਾਉਣੀ ਸੀ, ਉਸਨੇ ਰਜਿਸਟਰੀ ਕਰਾਉਣ ਦੇ ਵਿੱਚ ਅਸੀਂ 1,68,75,000 ਰੁਪਈਆ ਅਸੀਂ ਇਹ ਉਹਨੂੰ ਪ੍ਰਬਲ ਜਿੰਦਰ ਸਾਡੇ ਮੇਰੇ ਪਤੀ ਨੇ ਦਿੱਤਾ, ਉਹ ਪੈਸਾ ਦਿੱਤਾ ਹੋਇਆ। ਉਸ ਤੋਂ ਬਾਅਦ ਉਸਨੇ ਕੀ ਕੀਤਾ ਜੀ, ਸਾਰੇ ਕਾਗਜ਼ ਪੱਤਰ ਜਿਹੜੇ ਸੀਗੇ ਰਜਿਸਟਰੀ ਦੇ ਬਣਾਉਣੇ, ਉਹ ਸਾਰੇ ਮੇਰੇ ਪਤੀ ਨੇ ਖਰੀਦ ਲਏ। ਜਦੋਂ ਰਜਿਸਟਰੀ ਕਰਨ ਦਾ ਮੌਕਾ ਟਾਈਮ ਹੋਇਆ, ਉਹ ਉੱਥੇ ਤੋਂ ਜੀ ਮਤਲਬ ਪਕੌੜਾ ਹੋ ਗਿਆ। ਉਹਨੇ ਸਾਨੂੰ ਨਹੀਂ ਰਜਿਸਟਰੀ ਕਰਾਈ ਜੀ, ਸਾਡੀ ਅਸੀਂ ਰਜਿਸਟਰੀ ਕਰਾ ਲਈ ਅਸੀਂ, ਉਹਨੇ ਮਤਲਬ ਜਦੋਂ ਫੋਟੋ ਰਹਿਣ ਦਾ ਟਾਈਮ ਸੀਗਾ, ਮਤਲਬ ਰਜਿਸਟਰੀ ਨਹੀਂ ਕਰਾਈ, ਸਾਡੇ ਨੂੰ ਪੈਸੇ ਉਹਨੇ ਵਸੂਲ ਪਾ ਲਏ। ਉਸਨੇ ਫਿਰ ਉਹੀ ਜਣ ਭਗੌੜਾ ਹੋਣ ਕਰਕੇ ਗੁਰਪਿੰਦਰ ਸਿੰਘ ਨਾਂ ਦਾ ਕੋਈ ਬੰਦਾ ਜੀ, ਉਹ 11 ਕਿੱਲੇ ਉਸਨੇ ਉਹ ਸਾਡੇ ਉਹਨੂੰ ਵੇਚਤੇ, ਉਹ ਵੇਚੇ ਹੋਏ ਜੀ। ਉਹ ਇਹਨਾਂ ਨੇ ਸਾਰੇ ਮਤਲਬ ਇਹਦੇ ਵਿੱਚ ਇਹਨਾਂ ਦੀ ਰਲੀ ਭੁਗਤ ਪਾ ਵੀ ਬਹੁਤ ਕਈ ਬੰਦਿਆਂ ਦੀ ਹੈਗੀ ਇਹਦੇ ਵਿੱਚ। ਇਹਦੇ ਵਿੱਚ ਸਟਾਰਟ ਹੋਇਆ ਇੱਕ ਸੀਗਾ ਤਾਰਾ ਸਿੰਘ, ਜਿਹਨੇ ਪਾਵਰ ਅਟਾਰਨੀ ਮੇਰੇ ਪਤੀ ਤੋਂ ਜਾਲੀ ਬਣਵਾਈ ਹੋਈ ਆ। ਮਤਲਬ ਮੈਨੂੰ ਬਣਦੀ ਕਾਰਵਾਈ ਕਰਕੇ ਮੇਰਾ ਜੋ ਮੇਰਾ ਮਤਲਬ ਹੱਕ ਬਣਦਾ ਉਹ ਮੈਨੂੰ ਮਿਲਣਾ ਚਾਹੀਦਾ। ਹਾਂਜੀ, ਹਾਂ ਸਰਕਾਰੀ ਪਰਚੇ ਵੀ ਦਰਜ ਕਰਾਏ ਹੋਏ ਨੇ ਜੀ ਅਸੀਂ। ਹਾਂਜੀ, ਕਿਉਂ ਜ਼ਮੀਨ ਮੇਰਾ ਬੇਟਾ ਕਹਿੰਦਾ ਸੀਗਾ ਵੀ ਜ਼ਮੀਨ ਮੇਰੀ ਹੈ ਜਿਹੜੀ ਵੀ ਬੇਟਾ ਮੇਰਾ ਕਹਿੰਦਾ ਵੀ ਇਹ ਗਲਤ ਬੰਦਿਆਂ ਦੇ ਨਾਲ ਮੇਰਾ ਡੈਡੀ ਲੱਗ ਗਿਆ, ਗਲਤ ਬੰਦਿਆਂ ਦੇ ਨਾਲ ਲੱਗਣ ਕਰਕੇ ਡੈਡੀ ਨੂੰ ਰੋਕਦਾ ਸੀਗਾ। ਫਿਰ ਇਹ ਨਹੀਂ ਹੁਣ ਅਸੀਂ ਕਹਿ ਸਕਦੇ ਜੀ, ਦੇਖੋ ਵੀ ਉਹਨੇ ਟ੍ਰੇਨ ਦੇ ਨਾਲ ਹਾਦਸਾ ਕਰਿਆ ਮੇਰੇ ਪੁੱਤਰ,
ਕਹਿੰਦੇ ਇਹਨਾਂ ਨੂੰ ਵੀ ਇਹ ਪਤਾ ਵੀ ਇਹਨਾਂ ਨੇ ਕਰਵਾਇਆ ਜਾਂ ਕਿ ਉਸਨੇ ਮਤਲਬ ਵੀ ਮੇਰਾ ਮੰਨਦਾ ਨਹੀਂ ਕੋਈ ਵੀ ਆਪ ਕਰਿਆ ਇਹ ਅਸੀਂ ਦੇਖੋ ਕਹਿ ਨਹੀਂ ਸਕਦੇ ਬਿਨਾਂ ਦੇਖੇ ਤੋਂ ਜਾਂ ਸਬੂਤ ਨਹੀਂ ਸਾਨੂੰ ਕੀ ਰੇਡ ਵੇਲ ਤੋਂ ਮੋਹਾਲੀ ਤੋਂ ਸਾਨੂੰ ਜੀ ਬਸ ਬੇਟੀਆਂ ਤਿੰਨ ਬੇਟੀਆਂ ਤੋਂ ਛੋਟਾ ਸੀ ਮੇਰਾ ਬੇਟਾ ਬਸ ਮੇਰੀ ਇਹੀ ਬੇਨਤੀ ਆ ਮੈਂ ਮੰਗ ਇਹ ਕਰਦੀ ਹਾਂ ਜੀ ਵੀ ਮੇਰੀ ਜ਼ਮੀਨ ਦੇ ਉੱਤੇ ਕੋਈ ਮਤਲਬ ਆ ਕੇ ਮੇਰੀ ਜ਼ਮੀਨ ਦੇ ਉੱਤੇ ਕੋਈ ਬੰਦਾ ਨਹੀਂ ਕੋਈ ਆਉਣਾ ਚਾਹੀਦਾ ਹੈਗਾ ਕਿ ਉਹ 50 ਕਿਲੋਮੀਟਰ ਹਾਂਜੀ ਆਉਂਦੇ ਸੀਗੇ ਗੱਡੀਆਂ ਲੈ ਕੇ ਸਾਰੇ ਦਿਖਾਉਂਦੇ ਸੀ ਡੀਲਰ ਆਉਂਦੇ ਸੀ ਬਹੁਤ ਇਹ ਕਰਨ ਕਰਕੇ ਵੀ ਅਸੀਂ ਆ ਲੈਂਦੇ ਹਾਂ ਬਿਆਨੇ ਕਰੇ ਨੇ ਜੀ ਬਹੁਤ ਨੇ ਬਿਆਨੇ ਕਰੇ ਹੋਏ ਨੇ ਤੁਹਾਨੂੰ ਵੇਚ ਕੇ ਫਿਰ ਬਿਆਨੇ ਵੀ ਕਰਵਾ ਰਹੇ ਨੇ ਹੋਰਾਂ ਹਾਂਜੀ ਸਾਨੂੰ ਤਾਂ ਰਜਿਸਟਰੀ ਉਹ ਮਤਲਬ ਕਿਰਾਏ ਨਹੀਂ ਨਾ ਰਜਿਸਟਰੀ ਕਰਾਉਣ 'ਤੇ ਰਹਿ ਗਈ ਪੈਸਾ ਸਾਡਾ ਸਾਰਾ ਗਿਆ ਪਿਆ 11 ਕਿੱਲਿਆਂ ਦੀ ਰਕਮ ਸਾਡੀ ਗਈ ਵੀ ਆ 50 ਕਿੱਲਿਆਂ ਦੀ ਰਕਮ ਸਾਡੀ ਸਾਰੀ 49 ਦਾ ਸਾਡੇ ਨਾਲ ਰਜਿਸਟਰੀ ਵੀ ਹੋਈ ਵੀ ਆ ਇਹ 11 ਕਿੱਲੇ ਜਿਹੜੇ ਰਹਿ ਰਹੇ ਸੀਗੇ ਇਹ 11 ਕਿੱਲੇ ਮਤਲਬ ਉਹਨੇ ਰਜਿਸਟਰੀ ਕਰਾਈ ਨਹੀਂ ਸਾਨੂੰ ਉਹਨੇ ਦੁਬਾਰੇ ਗੁਰਪਿੰਦਰ ਸਿੰਘ ਆ ਜਿਹੜਾ ਤੁਹਾਨੂੰ ਦੱਸਿਆ ਵੀ ਉਹਦੇ ਨਾਲ ਕਰਾਤੀ ਇਹ ਮਤਲਬ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਰਲੀ ਮਿਲੀ ਭੁਗਤਾ ਹੈ ਸਾਰਿਆਂ ਦੀ ਇਹਨਾਂ ਦੀ ਇਹਦੇ ਵਿੱਚ ਸ਼ਾਮਿਲ ਹੈ ਜੀ ਤਾਰਾ ਸਿੰਘ ਬਰਿੰਦਰ ਸਿੰਘ ਅਤੇ ਇੱਕ ਕੇਵਲ ਸਿੰਘ ਹੈ ਅਤੇ ਦਿਲਵਰ ਸਿੰਘ ਠੀਕ ਹੈ ਅਤੇ ਬਾਕੀ ਜਿਹੜਾ ਇਹ ਪ੍ਰਬਲ ਜਿੰਦਲ ਅਤੇ ਇਹ ਖੁਦ ਮਤਲਬ ਇਹ ਜ਼ਮੀਨ ਦਾ ਮਾਲਿਕ ਹੈ ਬਟ ਉਹਨਾਂ ਨਾਲ ਰਲਿਆ ਹੋਇਆ ਹੈ ਠੀਕ ਹੈ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹ ਸ਼ੁਰੂਆਤ ਹੁੰਦੀ ਹੈ ਕਿ ਜਦੋਂ ਮੇਰੇ ਪਾਪਾ ਨੇ ਇਹ ਜ਼ਮੀਨ ਲਈ ਨਾ ਇਹਨਾਂ ਨੇ ਨਾ ਥੋੜ੍ਹਾ ਮਤਲਬ ਉਦੋਂ ਮੇਰੇ ਪਾਪਾ ਨੂੰ ਨਾ ਆਪਣੇ ਪਿੱਛੇ ਲਗਾ ਲਿਆ ਕਿ ਤੁਹਾਨੂੰ ਮਤਲਬ ਅਸੀਂ ਇਹਦਾ ਵੱਧ ਰੇਟ ਦਵਾ ਦਾਂਗੇ ਇਹ ਕਰਾ ਦਾਂਗੇ ਉਹ ਕੌਨਫੀਡੈਂਸ ਉਹਨਾਂ ਨੇ ਮਤਲਬ ਪਾਪਾ ਨੂੰ ਐਵੇਂ ਲੈ ਲਿਆ ਕਿ ਤਾਂ ਜੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਨਾ ਤਾਂ ਉਦੋਂ ਬਾਅਦ ਮੇਰੇ ਪਾਪਾ ਜੀ ਮੈਂ ਥੋੜ੍ਹੇ ਨਾ ਇਮੋਸ਼ਨਲ ਜਿਹੇ ਹੋ ਗਏ ਸੀ ਕਿ ਉਹਨਾਂ ਨੂੰ ਇੱਕ ਐਂ ਚਾਹੁੰਦੇ ਸੀ ਕਿ ਕਿਹੜਾ ਮੇਰੇ ਨਾਲ ਹੋਵੇ ਕਿ ਔਰ ਮੇਰਾ ਜਿਹੜਾ ਬੇਟੇ ਦਾ ਰੋਲ ਅਦਾ ਕਰ ਸਕੇ ਹੈ ਨਾ ਤਾਂ ਇਹਨਾਂ ਨੇ ਬੇਟੀਆਂ ਦੇ ਉਹਨਾਂ ਪਾਪਾ ਨੂੰ ਖਿਲਾਫ ਕਰਤਾ ਸਾਡੇ ਖਿਲਾਫ ਕਰਤਾ ਸੀ ਅਤੇ ਇਹਨਾਂ ਨੂੰ ਇਹ ਜ਼ਮੀਨ ਦਿਖਦੀ ਸੀ ਨਾ ਕਿ ਇਹਨਾਂ ਨੂੰ ਇਹ ਸੀਗਾ ਕਿ ਅਸੀਂ ਜ਼ਮੀਨ ਹਥਿਆ ਲਾਂਗੇ ਅਤੇ ਪਾਪਾ ਨਾਲ ਮਤਲਬ ਇਹ ਨਾਲ ਨਾਲ ਰਹਿਣ ਲੱਗ ਗਏ ਉਦੋਂ ਹੀ ਵਿੱਚ ਨੂੰ ਇਹਨਾਂ ਨੇ ਕਿਤੇ ਨਾ ਪਾਪਾ ਨੂੰ ਨਾਲ ਲਿਜਾ ਕੇ ਉੱਥੇ ਧੂਰੀ ਬਲਕਿ ਉੱਥੇ ਸਾਡਾ ਕੋਈ ਜਾਣਾ ਬਣਦਾ ਨਹੀਂ ਹੈ ਪਾਪਾ ਦਾ ਜਾਣਾ ਨਹੀਂ ਬਣਦਾ ਅਤੇ ਉੱਥੇ ਇਹ ਸਾਡਾ ਰਿਸ਼ਤੇਦਾਰ ਬਣਿਆ ਜਿਹੜਾ ਤਾਰਾ ਸਿੰਘ ਹੈ ਨਾ ਉਹ ਸਾਡਾ ਰਿਸ਼ਤੇਦਾਰ ਉਹਨੇ ਸ਼ੋਅ ਕੀਤਾ ਪਾਵਰ ਆਫ ਅਟਰਨੀ 'ਚ ਕਿ ਉਹ ਸਾਡਾ ਫੁੱਫੜ ਲੱਗਦਾ ਜੋ ਕਿ ਅਸੀਂ ਸਾਡੀ ਭੂਆ ਇੱਕ ਹੈ ਅਤੇ ਇੱਕੇ ਫੁੱਫੜ ਹੋਏਗਾ ਨਾ ਤਾਂ ਨੈਚੁਰਲੀ ਦੂਜਾ ਫੁੱਫੜ ਕਿੱਥੋਂ ਆ ਗਿਆ ਹੈ ਨਾ ਤਾਂ ਇਹ ਨੇ ਮਤਲਬ ਪਾਪਾ ਤੋਂ ਨਾ ਮਤਲਬ ਉੱਥੇ ਲਿਜਾ ਕੇ ਧੂਰੀ ਅਤੇ ਪਾਵਰ ਆਫ ਅਟਰਨੀ ਇਹਨੇ ਆਪ ਕਿਸੇ ਹੋਰ ਨੂੰ ਖੜਾ ਕਰਕੇ ਬਣਾਈ ਹੈ ਬਟ ਪਾਪਾ ਦੀ ਉੱਥੇ ਲੋਕੇਸ਼ਨ ਸ਼ੋਅ ਕੀਤੀ ਹੈ ਸਿਰਫ ਅਤੇ ਹੁਣ ਮਤਲਬ ਇਹਦੇ 'ਤੇ ਜਿਹੜੀ ਆ ਸਾਡੀ ਜ਼ਮੀਨ ਹੈ ਜਿਹਦੇ 'ਤੇ ਮਤਲਬ ਮੇਨ ਮੁੱਦਾ ਹੈ ਜਿਹੜਾ ਕਿ ਇਹਨੇ ਜਿਹੜਾ ਪ੍ਰਬਲ ਜਿੰਦਲ ਹੈ ਇਹਨੇ 11 ਕਿੱਲਿਆਂ ਦੀ ਰਜਿਸਟਰੀ ਇਹਨੇ ਕਿਸੇ ਹੋਰ ਨੂੰ ਕਰਾਤੀ ਜੋ ਕਿ ਪਾਪਾ ਨੇ ਆਪਣੇ ਨਾਮ ਕਰਾਉਣੀ ਸੀ ਜਦੋਂ ਜਿੱਦਣ ਕਰਾਉਣੀ ਸੀ ਉਹ ਰਜਿਸਟਰੀ ਅਤੇ ਇਹ ਉੱਥੋਂ ਮਤਲਬ ਚੱਲਿਆ ਗਿਆ ਕਹਿੰਦਾ ਮੈਂ ਨਹੀਂ ਕਰਾਉਣੀ ਹੈਗੀ ਵੀ ਪੈਸੇ ਪੇ ਕੀਤੇ ਹੋਏ ਨੇ ਅਸੀਂ ਅਤੇ ਰਜਿਸਟਰੀ ਇਹਨੇ ਕਿਸੇ ਹੋਰ ਨੂੰ ਕਰਾਤੀ ਹੈ ਪ੍ਰਭ ਜਿੰਦਲ ਦਾ ਤਾਂ ਅਸੀਂ ਹੁਣ ਤੱਕ ਤਾਂ ਅਸੀਂ ਸੁਣਿਆ ਹੀ ਹੈ ਕਿ ਇਹ ਫਰੋਡ ਹੈ ਨਾ ਸਾਰੇ ਮਤਲਬ ਕਈ ਇਹਦੇ 'ਤੇ ਕੇਸ ਵੀ ਦਰਜ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਬਣਦਿਆ ਸਾਡਾ ਹੱਕ ਸਾਨੂੰ ਮਿਲੇ ਅਤੇ ਜਿਹੜੀ ਸਾਡੀ ਹਾਂ ਉਹਨਾਂ ਨੂੰ ਫਰੋਡਾਂ 'ਤੇ ਮਤਲਬ ਕੋਈ ਕਾਰਵਾਈ ਕੀਤੀ ਜਾਵੇ ਔਰ ਕਬਜ਼ਾ 'ਤੇ ਜ਼ਮੀਨ 'ਤੇ ਸਾਡਾ ਸਾਡਾ ਠੇਕੇਦਾਰ ਹਾਂਜੀ ਹਾਂਜੀ CCTV ਕੈਮਰੇ ਅਸੀਂ ਲਗਾਏ ਨੇ ਇਹ ਲਗਾਏ ਨੇ ਸਰ ਇੱਥੇ ਉਹ ਡੀਲਰ ਲੈ ਕੇ ਆਉਂਦਾ ਸੀਗੇ ਪ੍ਰਭਜਿੰਦਲ ਅਤੇ ਮਤਲਬ ਉਹ ਵੀ ਲੈ ਕੇ ਆਉਂਦਾ ਸੀ ਅਤੇ ਤਾਰਾ ਸਿੰਘ ਵਗੈਰਾ ਇਹ ਇੱਥੇ ਰਹਿੰਦੇ ਸੀ ਹਮੇਸ਼ਾ ਫਾਰਮ ਹਾਊਸ 'ਤੇ ਹਮੇਸ਼ਾ ਇੱਥੇ ਹੀ ਇਹਨਾਂ ਦੀ ਮਹਿਫਿਲ ਜੰਮਦੀ ਸੀ ਅਸੀਂ ਫਿਰ ਤਾਂ ਕਰਕੇ ਅਸੀਂ ਕੈਮਰੇ ਲਗਵਾਏ ਨੇ 38 ਕਿੱਲੇ ਤਾਂ ਜਿਹੜੇ ਪਹਿਲੀ ਤੁਹਾਡੇ ਨੇ ਫਿਰ ਇਸ 'ਤੇ ਵੀ ਤਾਂ ਉਹ ਵੇਚਣਾ ਚਾਹੁੰਦੇ ਸੀ ਹਾਂਜੀ ਇਹ ਵੇਚਣਾ ਚਾਹੁੰਦੇ ਸੀ
ਇਹ ਜ਼ਮੀਨ ਨੂੰ ਨਾ ਇਹ ਮਤਲਬ ਉਹ ਪਾਵਰ ਆਫ ਅਟਾਰਨੀ ਦੇ ਬਿਹਾਫ 'ਤੇ ਵੇਚਣਾ ਚਾਹੁੰਦੇ ਸੀ। ਤਾਰਾ ਸਿੰਘ ਜਿਹੜਾ ਤੁਹਾਡਾ ਰਿਸ਼ਤੇਦਾਰ ਬਣਾਇਆ, ਫੁੱਫੜ ਬਣਾਇਆ, ਉਹਨਾਂ ਨੇ ਸ਼ੋਅ ਕੀ ਕੀਤਾ ਹੈਗਾ ਵਿੱਚ? ਉਹਨਾਂ ਨੇ ਪਾਵਰ ਆਫ ਅਟਾਰਨੀ ਦੇ ਵਿੱਚ ਸ਼ੋਅ ਕੀਤਾ ਕਿ ਜਿਹੜਾ ਫੌਜਦਾਰੀ ਜੋ ਵੀ ਚੀਜ਼ਾਂ ਇਹਨਾਂ ਦੀ ਆਲ ਇੰਡੀਆ ਦੇ ਵਿੱਚ ਮੇਰੇ ਪਾਪਾ ਦੀ ਪ੍ਰੋਪਰਟੀ ਹੈ ਉਹ ਸਾਰੀ ਦਾ ਮਤਲਬ ਉਹ ਸੇਲ ਕਰ ਸਕਦਾ ਉਹਨੂੰ, ਉਹਨੇ ਉਹਦੀ ਪਾਵਰ ਆਫ ਅਟਾਰਨੀ ਬਣਾਈ ਹੈ ਕਿਤੇ ਵੀ ਆਲ ਇੰਡੀਆ ਦੇ ਵਿੱਚ। ਇਹ ਪਾਵਰ ਆਫ ਅਟਾਰਨੀ ਤਾਂ ਇਸ ਤਰ੍ਹਾਂ ਬਣਾਏ, ਹੋਰ ਵੀ ਇਨਵੋਲਵ ਹੋਣਗੇ ਸਰਕਾਰੀ ਅਧਿਕਾਰੀ ਜਾਂ ਹੋਰ ਵੀ? ਬਹੁਤ ਸਰ ਹੈਗੇ ਨੇ, ਉਹ ਆਪੇ ਦੱਸਣਗੇ ਜਦੋਂ ਉਹਨਾਂ ਨੂੰ ਪੁਲਿਸ ਅਰੈਸਟ ਕਰੇਗੀ ਨਾ, ਉਹਨਾਂ 'ਤੇ ਆਪਾਂ ਨੇ ਕੇਸ ਫਾਈਲ ਕਰਵਾਇਆ ਅਤੇ ਜਦੋਂ ਉਹਨਾਂ ਨੂੰ ਅਰੈਸਟ ਕਰੇਗੀ ਪੁਲਿਸ ਤਾਂ ਆਪੇ ਉਹ ਮਤਲਬ ਸਭ ਕੁਛ ਉਗਲਣਗੇ ਦੱਸਣਗੇ। ਫਿਰ ਸਰਕਾਰੀ ਅਧਿਕਾਰੀ ਵੀ ਬਰਾਬਰ ਦੇ ਨੇ ਜਿਹੜੇ ਬਰਾਬਰ ਨੈਚੁਰਲੀ ਬਣਨਗੇ, ਜਿਹੜੇ ਉਹਨਾਂ ਦੇ ਨਾਲ ਇਨਵੋਲਵ ਨੇ ਉਹ ਤਾਂ ਬਣਨਗੇ ਨਾ। ਜਿਹੜੀ ਤੁਹਾਡੀ ਪ੍ਰੋਪਰਟੀ ਆ ਹੋਰ ਕਿੱਥੇ ਕਿੱਥੇ ਵੇਚੀ ਹੈ ਇਹਨਾਂ ਨੇ? ਇਹਨਾਂ ਨੇ ਸਰ ਸਾਡੀ ਡੇਰਾ ਬੱਸੀ ਸਾਡੀ ਪ੍ਰੋਪਰਟੀ ਸੀਗੀ ਉਹ ਇਹਨਾਂ ਨੇ ਸੇਲ ਕਰਤੀ ਹੈ। ਤਾਰਾ ਸਿੰਘ ਨੇ ਪਾਵਰ ਆਫ ਅਟਾਰਨੀ ਦੇ ਬਿਹਾਫ 'ਤੇ ਇਹ 1 ਕਿੱਲਾ ਸੀਗਾ ਸਰ, ਇਹਦਾ ਮਤਲਬ ਇਹਨੂੰ ਐਲਾ ਗ੍ਰੀਨ ਕੰਪਨੀ, ਮਤਲਬ ਸਾਨੂੰ ਬਾਅਦ 'ਚ ਪਤਾ ਲੱਗ ਰਿਹਾ ਹੁਣ ਕਿ ਐਲਾ ਗ੍ਰੀਨ ਕੰਪਨੀ ਨੂੰ ਇਹਨਾਂ ਨੇ ਸੇਲ ਕੀਤੀ ਆ ਉਹ, ਅਤੇ ਉਹ ਸੇਲ ਕੀਤੀ ਹੈ ਸਰ ਇਹਨਾਂ ਨੇ ਸੁਣਨ 'ਚ ਆਇਆ ਕਿ 6 ਕਰੋੜ 'ਚ ਵੇਚੀ ਹੈ, ਬਟ ਉਹਦੀ 10 ਤੋਂ 12 ਕਰੋੜ ਦੇ ਆਸ ਪਾਸ ਉਹਦੀ ਕੀਮਤ ਹੈ, ਬਟ ਇਹਨਾਂ ਨੇ ਘੱਟ 'ਚ ਤਾਂ ਵੇਚੀ ਹੈ ਕਿ ਜਲਦੀ ਸੇਲ ਹੋ ਜਾਏਗੀ, ਬਟ ਉਹਨਾਂ ਨੂੰ ਕੰਪਨੀ ਵਾਲਿਆਂ ਨੂੰ ਵੀ ਇਹ ਲਾਲਚ ਆ ਗਿਆ ਕਿ ਸਾਨੂੰ ਸਸਤੀ ਮਿਲ ਰਹੀ ਹੈ, ਅਤੇ ਇਹਨਾਂ 'ਚ ਇਹ ਤਾਂ 6 ਕਰੋੜ ਲੈ ਕੇ ਪਾਸੇ ਹਟ ਗਏ। ਜਿਹੜੀ ਤੁਹਾਡੀ ਹੋਰ ਪ੍ਰੋਪਰਟੀ ਉਹਨਾਂ 'ਤੇ ਵੀ ਅੱਖ ਹੋਊਗੀ ਸਰ? ਨੈਚੁਰਲੀ ਇਹਨਾਂ ਨੇ ਫੌਜਦਾਰ 'ਤੇ ਕੀਤਾ ਹੋਇਆ ਨਾ, ਤਾਂ ਪਾਵਰ ਆਫ ਅਟਾਰਨੀ ਫੌਜਦਾਰ 'ਤੇ ਬਣਾਈ ਹੈ ਨਾ, ਤਾਂ ਨੈਚੁਰਲੀ ਦੂਜੀਆਂ 'ਤੇ ਵੀ ਹੈਗਾ ਉਹਨਾਂ ਨੂੰ ਹੈ ਡਰ ਸਾਨੂੰ ਕਿ ਹੋਰ ਪ੍ਰੋਪਰਟੀ ਵੀ ਇਹ ਸੇਲ ਕਰ ਸਕਦਾ।